ਕਿ ਇਹ ਗਲਤੀਆਂ ਹੋਈਆਂ ਨੇ ਕਿ ਗੁਨਾਹ ਹੋਏ ਨੇ ਤੇ ਗੁਨਾਹ ਵੀ ਕਿਹੜੇ ਨੇ ਵੱਜਰ ਗੁਨਾਹ ਕਿੰਨੇ ਵੱਡੇ ਗੁਨਾਹ ਇਹਨਾਂ ਨੇ ਕੀਤੇ ਨੇ ਉਹ ਤਾਂ ਹੁਣ ਇਹ ਮੰਨ ਹੀ ਰਹੇ ਜਿਸ ਤਰ੍ਹਾਂ ਕਿ ਸਰਸੇ ਸਾਧ ਵਾਲੇ ਕੇਸ ਦੇ ਵਿੱਚ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਸੀ ਉਹਦੇ ਜਾ ਕੇ ਤੇ ਵੋਟਾਂ ਵਾਸਤੇ ਉਹਦੇ ਪੈਰਾਂ 'ਚ ਬੈਠ ਗਏ ਰਹੇ ਫਿਰ ਉਹਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਗ ਰਚਿਆ ਉਸ ਤੋਂ ਬਾਅਦ ਜੋ ਕੁਛ ਹੋਇਆ ਪਰ ਉਸ ਤੋਂ ਬਾਅਦ ਉਹਨੂੰ ਪੰਥ ਦੇ ਵਿੱਚ ਮਤਲਬ ਕਿ ਜਿਹੜਾ ਸੀ ਹੁਕਮਨਾਮਾ ਜਾਰੀ ਹੋਣਾ ਸ੍ਰੀ ਪਾਤਸ਼ਾਹ ਸਾਹਿਬ ਤੋਂ ਵੀ ਕਿਹਦੇ ਨਾਲ ਇਹਨਾਂ ਦੇ ਲੋਕਾਂ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਰੋਟੀ ਪੇਟੀ ਦੀ ਸਾਂਝ ਨਹੀਂ ਰੱਖਣੀ ਉਸ ਤੋਂ ਬਾਅਦ ਫਿਰ ਉਹਨੂੰ ਮਾਫ਼ੀ ਦੇ ਦੇਣੀ ਪਰ ਉਹ ਮਾਫ਼ੀ ਵਾਲੇ ਵੀ ਜਿਹੜੇ ਇਸ਼ਤਿਹਾਰ ਨੇ ਉਹ ਸਾਰੇ ਦੇ ਸਾਰੇ ਮੇਰੇ ਕੋਲ ਨੇ ਜਿਵੇਂ ਇਸ਼ਤਿਹਾਰ ਜਿਹੜੇ ਸੀ ਉਹ ਇਸ਼ਤਿਹਾਰ ਜਿਹੜੇ ਦਿੱਤੇ ਗਏ ਫਿਰ ਉਸ ਤੋਂ ਬਾਅਦ ਜਿਹੜਾ ਸੀ ਕਿ ਉਹਨੂੰ ਫਿਰ ਪੰਥ ਵਿੱਚੋਂ ਫਿਰ ਦਿਲ ਛੇਕ ਦੇਣਾ ਫਿਰ ਉਹਨੂੰ ਅੱਜ ਜਿਹੜਾ ਉਹਦੇ ਖਿਲਾਫ਼ ਬੋਲ ਰਹੇ ਨੇ ਬਹੁਤ ਕੁਛ ਬੋਲ ਰਿਹਾ ਅਤੇ ਅੱਜ ਕੁਝ ਦਿਨਾਂ ਤੋਂ ਜਿਹੜਾ ਕਿ ਇੱਕ ਸਰਸੇ ਸਾਹਿਬ ਦਾ ਚੇਲਾ ਹੈ ਅਤੇ ਉਹ ਪੂਰਨ ਤੌਰ 'ਤੇ ਦੋਸ਼ੀ ਹੈ ਅਤੇ ਉਹਨੇ ਅਖਬਾਰ ਵੀ ਕੀਤਾ ਹੈ ਪ੍ਰਦੀਪ ਕਲੇਰ ਜਿਹੜਾ ਨਾਲ ਚੱਲ ਰਿਹਾ ਅਤੇ ਉਹਦੇ 'ਤੇ ਬੜੀ ਚਰਚਾ ਹੋ ਰਹੀ ਹੈ ਅਤੇ ਇੱਕ ਦੂਸਰੇ ਦੇ ਖਿਲਾਫ਼ ਪ੍ਰੈਸ ਕਾਨਫਰੰਸਾਂ ਕਰਕੇ ਅਤੇ ਆਪਣੇ ਆਪ ਨੂੰ ਦੁੱਧ ਧੋਤੇ ਅਤੇ ਦੂਸਰੇ ਨੂੰ ਦੋਸ਼ੀ ਦੱਸ ਰਿਹਾ ਲੇਕਿਨ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ 'ਚ ਤੁਹਾਡੇ ਰਾਹੀਂ ਸਮੁੱਚੇ ਸੰਸਾਰ ਵਿੱਚ ਬੈਠੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਦੱਸਣਾ ਚਾਹੁੰਦੇ ਹਾਂ ਔਰ ਖਾਸ ਕਰਕੇ ਅਸੀਂ ਇੱਕ ਪੱਤਰ ਜਿਹੜਾ ਹੈ ਇਹਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਦੇਖ ਕੇ ਆਏ ਹਾਂ ਇਹਨੂੰ ਤੁਸੀਂ ਮੰਗ ਪੱਤਰ ਕਹਿ ਲਓ ਜਾਂ ਚੇਤਾਵਨੀ ਪੱਤਰ ਕਹਿ ਲਓ ਇਹ ਵੀ ਅਸੀਂ 2 ਤਰੀਕ ਨੂੰ ਅਸੀਂ ਦੇ ਰਹੇ ਹਾਂ ਇਸ ਪੱਤਰ ਦੇ ਵਿੱਚ ਜੋ ਅਸੀਂ ਲਿਖਿਆ ਹੈ ਉਹ ਅਸੀਂ ਇਹਨਾਂ ਕਿਤਾਬਾਂ ਦੇ ਹਵਾਲੇ ਦਿੱਤੇ ਔਰ ਅਸੀਂ ਇਹ ਪੱਤਰ ਦੇ ਵਿੱਚ ਲਿਖਿਆ ਹੈ ਕਿ ਜਥੇਦਾਰ ਸਾਹਿਬ ਅੱਜ ਇਹਨਾਂ ਤੁਹਾਡੇ ਕੋਲ ਆ ਕੇ ਦੋਵਾਂ ਧਿਰਾਂ ਨੇ ਚਾਹੇ ਉਹ ਬਾਗੀ ਭਾਉਂਦੇ ਨੇ ਅਤੇ ਚਾਹੇ ਆਪਣੇ ਆਪ ਨੂੰ ਅਕਾਲੀ ਭਾਉਂਦੇ ਨੇ ਉਹਨਾਂ ਨੇ ਆਪਣੇ ਆਪਣੇ ਗੁਨਾਹ ਕਬੂਲ ਕਰ ਲਿਆ ਅਤੇ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਹੈ ਤੁਸੀਂ ਫੈਸਲਾ ਜਿਹੜਾ ਹੈ ਇਹ ਬੜਾ ਸੋਚ ਸਮਝ ਕੇ ਕਰਨਾ ਕਿਤੇ ਉਹ ਨਾ ਹੋਵੇ ਕਿ ਜਿਸ ਤਰ੍ਹਾਂ ਪਹਿਲਾਂ ਹੁਣ ਤੱਕ ਇਹਨਾਂ ਨੂੰ ਜਿਹੜਾ ਸੀ ਉਹ ਗੁੰਗਲੋਂ ਕੋਈ ਮਿੱਟੀ ਝਾੜ ਕੇ ਅਤੇ ਛੱਡਿਆ ਜਾਂਦਾ ਸੀ ਅਤੇ ਗੁੰਗਲੋਂ ਤੋਂ ਜੇ ਮਿੱਟੀ ਝਾੜੀ ਗਈ ਅਤੇ ਫਿਰ ਕੌਮ ਜਿਹੜੀ ਆ ਉਹ ਤੁਹਾਨੂੰ ਜਿਸ ਤਰ੍ਹਾਂ ਅੱਜ ਗਿਆਨੀ ਗੁਰਬਚਨ ਸਿੰਘ ਨੂੰ ਫੁੱਟੂ ਕਰਦੇ ਨੇ ਜਾਂ ਜੋਗਿੰਦਰ ਸਿੰਘ ਵਦਾਤੀ ਦੇ ਕਰਦੇ ਨੇ ਅਤੇ ਇਦੋਂ ਤੁਹਾਡਾ ਹਾਲ ਜਿਹੜਾ ਇਦੋਂ ਮਾੜਾ ਹੋਵੇਗਾ ਅਸੀਂ ਉਹਨਾਂ ਦੇ ਮੂੰਹ ਦਿੱਤੇ ਇਹ ਗੱਲ ਜਿਹੜੀ ਆ ਇਹ ਕਹਿ ਕੇ ਔਰ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰਨਾ ਵੀ ਇਹੀ ਹੈ ਕਿ ਇਹ ਸੰਸਾਰ ਤੱਕ ਗੱਲ ਜਾਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੁਨਾਹ ਇਹ ਤਾਂ ਮੰਨੇ ਨੇ ਸਰਸੇ ਸਾਹਿਬ ਵਾਲਾ ਜਾਂ ਹੋਰ ਜਿਹੜੇ ਗੁਨਾਹ ਕੀਤੇ ਆ ਉਹ ਤਾਂ ਮੰਨੇ ਨੇ ਲੇਕਿਨ ਇਹਨਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਨੇ ਜਿਹੜੇ ਬਖਸ਼ਣਯੋਗ ਨੇ ਆਹ ਕਿਤਾਬ ਹੈ ਇਸ ਕਿਤਾਬ ਦਾ ਨਾਂ ਹੈ ਸਿੱਖ ਦਰ ਕਿਤਾਬਾਂ ਤਾਂ ਹੋਰ ਵੀ ਬਹੁਤ ਨੇ ਮੇਰੇ ਕੋਲ ਲੇਕਿਨ ਮੈਂ ਤੁਹਾਨੂੰ ਇੱਕ ਕਿਤਾਬ ਰੱਖਾਂਗਾ ਕੋਈ ਸਮਾਂ ਜ਼ਿਆਦਾ ਨਾ ਲੱਗੇ ਆਹ ਕਿਤਾਬ ਹੈ ਇਸ ਕਿਤਾਬ ਦਾ ਨਾਂ ਹੈ ਸਿੱਖ ਇਤਿਹਾਸ ਔਰ ਇਹ ਕਿਤਾਬ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਨੰਬਰ 556 ਰਾਹੀਂ 1999 'ਚ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਨੂੰ ਸਮਰਪਿਤ ਇਹ ਕਿਤਾਬ ਪਬਲਿਸ਼ ਕੀਤੀ ਗਈ ਹੈ ਆਹ ਤੁਸੀਂ ਦੇਖ ਲਓ ਕਿਤਾਬ ਦਾ ਨਾਂ ਸਿੱਖ ਇਤਿਹਾਸ ਅਤੇ ਪ੍ਰਕਾਸ਼ਕ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ 1999 'ਚ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਟਾਈਮ 'ਤੇ ਕਿਤਾਬ ਇਹ ਪਬਲਿਸ਼ ਹੋਈ ਹੈ ਇਸ ਕਿਤਾਬ 'ਚ ਜੋ ਲਿਖਿਆ ਹੈ ਉਹ ਮੈਨੂੰ ਬੋਲਦਿਆਂ ਬਹੁਤ ਸ਼ਰਮ ਆਉਂਦੀ ਹੈ ਵੀ ਕੀ ਕੁਛ ਲਿਖਿਆ ਲੇਕਿਨ ਜੇ ਤੁਹਾਨੂੰ ਦੱਸਿਆ ਨਾ ਜਾਵੇਗਾ ਤਾਂ ਪਤਾ ਕੀ ਲੱਗੇਗਾ ਵੀ ਇਹ ਕਿਤਾਬ 'ਚ ਲਿਖਿਆ ਕੀ ਹੈ ਜਿਸ ਤਰ੍ਹਾਂ ਕਿ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਕਿ ਨਾਨਕ ਦਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮਗਰੋਂ ਕੋ ਭਰਤ ਨੇ ਲਾਇਆ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮ ਹੱਤਿਆ ਕਰੀ ਸੀ ਅਰਜਨ ਦੇ ਮਰਨ ਦੇ ਬਾਅਦ ਹਰਗੋਬਿੰਦ ਦਾ ਦਿਮਾਗੀ ਸੁਕੁਲਣ ਹੋ ਗਿਆ ਥਾ ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ ਸੋਤੇ ਸਮੇਂ ਮੌਤ ਕੇ ਵੈਸੇ ਸਾਹ ਬੰਦੂਕਧਾਰੀ ਪੈਰੇ ਪਰ ਖੜੇ ਰੱਖਦਾ ਥਾ ਅੱਗੇ ਆਹ ਹਰ ਰਾਏ ਪਾਤਸ਼ਾਹ ਬਾਰੇ ਲਿਖਿਆ
ਕਿ ਹਰ ਰਾਜ ਕੇ ਦੋ ਪੁੱਤਰ ਥੇ। ਆਹ ਤੁਸੀਂ ਫੋਟੋ ਜਿਹੜੀਆਂ ਨੇ ਜੋ ਮੈਂ ਬੋਲ ਰਿਹਾ ਇਹ ਤੁਸੀਂ ਆਪ ਇਹਨਾਂ ਪੇਜਾਂ ਦੀਆਂ ਫੋਟੋ ਲੈ ਸਕਦੇ ਹੋ। ਹਰ ਰਾਜ ਕੇ ਦੋ ਪੁੱਤਰ ਥੇ, ਜਬ ਹਰ ਰਾਜ ਮਰਾ, ਇੱਕ ਤਾਂ ਦੀ ਸ਼ਬਦਾਵਲੀ ਹੈ। ਉਸ ਵਕਤ ਬੜੇ ਬੇਟੇ ਰਾਮ ਰਾਜ ਕੀ ਉਮਰ 15 ਵਰਸ ਔਰ ਛੋਟੇ ਹਰਕ੍ਰਿਸ਼ਨ ਕੀ ਉਮਰ 6 ਵਰਸ ਕੀ ਥੀ, ਲੇਕਿਨ ਬੜੇ ਬੇਟੇ ਕੋ ਗੱਦੀ ਨਹੀਂ ਦੀ ਗਈ ਕਿਉਂਕਿ ਵੋ ਨੌਕਰਾਣੀ ਕੇ ਪੇਟੋ ਥਾ। ਇਹ ਇਸ ਕਿਤਾਬ ਚ ਲਿਖਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲੋਂ ਲਿਖਿਆ ਕਿ ਤੇਗ ਬਹਾਦਰ ਹਾਂਸੀ ਕੇ ਪਾਸ ਜੰਗਲੋਂ ਮੈਂ ਲੁਕ ਚੁਕ ਕੇ ਰਹਿਤੇ ਥੇ, ਚੋਰੋਂ ਡਕੈਤੋਂ ਔਰ ਸਰਕਾਰ ਕੇ ਬਾਗੀਓਂ ਕੋ ਪਨਾਹ ਦੇਤੇ ਥੇ। ਜਬ ਸਰਕਾਰ ਕੋ ਪਤਾ ਚਲਾ, ਪਕੜ ਕੇ ਲੈ ਗਏ ਔਰ ਕਤਲ ਕਰ ਦਿਆ। ਗੋਬਿੰਦ ਨੇ ਪੁੱਤਰੋਂ ਕੇ ਯੋਗ ਮੇਂ ਆਤਮ ਹੱਤਿਆ ਕਰੀ ਥੀ। ਗੋਬਿੰਦ ਨੇ ਪੁੱਤਰੋਂ ਕੇ ਯੋਗ ਮੇਂ ਆਤਮ ਹੱਤਿਆ ਕਰੀ ਥੀ। ਇਹ ਇਸ ਕਿਤਾਬ ਚ ਅਸੀਂ ਇਹ ਕਿਤਾਬ ਹੁਣ ਕਿਸ ਤਰ੍ਹਾਂ ਛਪੀ, ਇਸ ਕਿਤਾਬ ਦੇ ਬਾਰੇ ਮੈਂ 2 ਮਿੰਟ ਜ਼ਰੂਰ ਤੁਹਾਡੇ ਲਵਾਂਗਾ ਕਿਉਂਕਿ ਇਹ ਕਿਤਾਬ 1999 ਛਪਦੀ ਹੈ, ਮੇਰੇ ਕੋਲ 2007 ਚਲਦੀ ਹੈ ਅਤੇ ਅਸੀਂ ਫਿਰ ਆਪਣੀ ਸੰਸਥਾ ਵੱਲੋਂ ਜਿਹੜਾ ਹੈ ਉਹ ਕੇਸ ਕਰਦੇ ਹਾਂ ਗੁਰਦੁਆਰਾ ਜੁਡੀਸ਼ੀਅਲ ਕੋਰਟ। ਗੁਰਦੁਆਰਾ ਜੁਡੀਸ਼ੀਅਲ ਕੋਰਟ 'ਚ ਜਦੋਂ ਅਸੀਂ ਕੇਸ ਕਰਦੇ ਹਾਂ ਅਤੇ ਉੱਥੇ ਜਦੋਂ ਕਰੋਸ ਚੱਲਿਆ, ਕਰੋਸ ਆਇਆ 2 ਜਾਂ 10 ਦੇ ਵਿੱਚ ਕਰੋਸਿੰਗ ਹੋਈ ਅਤੇ ਸ਼੍ਰੋਮਣੀ ਕਮੇਟੀ ਦੇ 3 ਵਕੀਲ ਨੇ ਜਿਹੜੇ ਮੇਰੇ 'ਤੇ ਸਵਾਲ ਕਰਦੇ ਆ। ਇੱਕ ਵਕੀਲ ਕਹਿੰਦਾ ਜੀ ਅਸੀਂ ਇਹ ਕਿਤਾਬ ਤਾਂ ਵਾਪਸ ਲੈ ਲਈ ਹੈ। ਮੈਂ ਕਿਹਾ ਜੀ ਤੁਸੀਂ ਪਬਲਿਸ਼ ਕਿੰਨੀਆਂ ਕਰਾਈਆਂ, ਵਾਪਸ ਕਿੰਨੀਆਂ ਲਈਆਂ ਅਤੇ ਜਿਹੜੀਆਂ ਵਾਪਸ ਲਈਆਂ ਉਹ ਕਿੱਥੇ ਪਈਆਂ? ਉਸ ਕੋਲ ਕੋਈ ਜਵਾਬ ਨਹੀਂ ਕਿਉਂਕਿ ਮਤਾ ਪਾਇਆ 300 ਕਿਤਾਬਾਂ ਦਾ, 300 ਕਿਤਾਬਾਂ ਮਤਾ ਪਾ ਕੇ ਛਪਾਈਆਂ ਅਤੇ ਇਹਨਾਂ ਕੋਲ ਜਦੋਂ ਮੈਂ ਆ ਕੇ ਲਈ ਤਾਂ ਕੇਵਲ 5 ਕਿਤਾਬਾਂ, 295 ਕਿਤਾਬਾਂ, ਇਹ ਕਿਤਾਬ ਦੀਆਂ ਕਾਪੀਆਂ ਜਿਹੜੀਆਂ ਨੇ ਇਹ ਬਾਹਰ ਨੇ, ਅੱਜ ਤੱਕ ਵੀ ਇਹਨਾਂ ਕੋਲ ਨਹੀਂ ਆਈਆਂ। ਸੋ ਚੱਲਦਿਆਂ ਚੱਲਦਿਆਂ 3 ਘੰਟੇ ਦੇ ਕਰੀਬ ਵਕੀਲਾਂ ਨੇ ਮੇਰੇ 'ਤੇ ਜਿਹੜਾ ਸੀ ਉਹ ਸਵਾਲ ਕੀਤੇ, ਜਵਾਬ ਹੁੰਦੇ ਰਹੇ। ਇੱਕ ਵਕੀਲ ਲਾਸਟ ਵਿੱਚ ਕਹਿੰਦਾ ਜਿਹੜਾ ਲਾਸਟ ਵਿੱਚ ਉਹਨਾਂ ਸਵਾਲ ਕੀਤਾ ਦੂਸਰੇ ਕੋਈ ਸਵਾਲ ਨਹੀਂ ਕਰ ਸਕੇ, ਕਹਿਣ ਲੱਗਾ ਜੀ ਇਹ ਕਿਤਾਬ ਛਪਾਉਂਦਾ ਸ਼੍ਰੋਮਣੀ ਕਮੇਟੀ ਨੂੰ ਕੀ ਹੈ? ਗੱਲ ਬੜੀ ਲੰਬੀ ਚੌੜੀ ਹੈ, ਲੇਕਿਨ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹਦਾ ਮਤਲਬ ਤੁਸੀਂ ਕਿਤਾਬ ਨਹੀਂ ਛਪਾਈ। ਉਹ ਚੁੱਪ ਕਰਕੇ, ਮੈਂ ਕਿਹਾ ਵੀ ਬੋਲ ਕੇ ਦੱਸੋ ਕਿਤਾਬ ਛਪਾਈ ਕਿ ਨਹੀਂ ਛਪਾਈ? ਕੋਈ ਜਵਾਬ ਨਹੀਂ ਦੇ ਸਕੇ। ਮੈਂ ਕਿਹਾ ਸਵਾਲ ਤਾਂ ਬਣਦਾ ਸੀ ਸਾਡਾ ਵੀ ਤੁਸੀਂ ਇਹ ਕਿਤਾਬ ਕਿਉਂ ਛਪਾਈ? ਪਰ ਇੱਥੇ ਮੈਂ ਬੇਨਤੀ ਕਰਾਂਗਾ ਕਿ ਕਰੋਸ ਜਦੋਂ ਹੁੰਦਾ ਹੈ ਤੇ ਉਸ ਟਾਈਮ ਤੇ ਜ਼ਿਆਦਾ ਜਿਹੜਾ ਨਹੀਂ ਜਿਹੜਾ ਮਰੀ ਉਹ ਤੇ ਕਰਤੀ ਜਾ ਸਕਦੀ। ਮੈਂ ਅਦਾਲਤ ਨੂੰ ਕਿਹਾ, ਮੈਂ ਜੱਜ ਨੂੰ ਕਿਹਾ, ਮੈਂ ਕਿਹਾ ਜੀ ਮੈਂ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਅਦਾਲਤ ਵਿੱਚ ਆਉਂਦੇ ਹਾਂ ਤੇ ਜਾਂ ਤਾਂ ਆਪਣੀ ਜ਼ਮੀਨ ਜਾਇਦਾਦ ਬਚਾਉਣ ਲਈ ਜਾਂ ਦੂਸਰੇ ਦੀ ਖੋਲ ਵਾਸਤੇ, ਫੌਜਦਾਰੀ ਕੇਸ ਹੁੰਦੇ ਨੇ, ਜਾਂ ਬਰੀ ਹੋਣ ਲਈ ਜਾਂ ਦੂਸਰੇ ਨੂੰ ਸਜ਼ਾ ਕਰਾਉਣ ਲਈ। ਪਰ ਇਹ ਮੇਰਾ ਪਰਸਨਲ ਕੇਸ ਨਹੀਂ, ਇਹ ਕੌਮੀ ਕੇਸ ਹੈ ਤੇ ਮੈਂ ਇਹ ਸਵਾਲ ਜਿਹੜਾ ਮੇਰੇ ਮਿੱਤਰ ਨੇ ਕੀਤਾ ਉਹਦੀ ਪਿੰਡ ਜਵਾਬ ਨਹੀਂ ਦੇ ਸਕਦਾ ਤੇ ਮੈਨੂੰ ਸਮਾਂ ਚਾਹੀਦਾ। ਉਹ ਕਹਿੰਦਾ ਖੁੱਲਾ ਸਮਾਂ। ਮੈਂ ਉਸ ਵਕੀਲ ਨੂੰ ਪੁੱਛਿਆ, ਵਕੀਲ ਸਾਹਿਬ ਨੇ ਦੱਸੋ ਤੁਸੀਂ ਕਿਤਾਬ ਪਬਲਿਸ਼ ਕਰਾਈ? ਚੁੱਪ ਕਰ ਗਿਆ। ਮੈਂ ਕਿਹਾ ਬੋਲ ਕੇ ਦੱਸੋ। ਫਿਰ ਉਹ ਕਹਿਣ ਲੱਗਾ ਮੰਨਿਆ ਵੀ ਹਾਂ ਕਰਾਈ ਹੈ। ਮੈਂ ਕਿਹਾ ਅਗਲਾ ਸਵਾਲ ਤਾਂ ਬਣਦਾ ਤਾਂ ਸਾਡਾ ਸੀ ਵੀ ਤੁਸੀਂ ਇਹ ਪਬਲਿਸ਼ ਕਿਉਂ ਕਰਾਈ?